ਬੱਚਾ ਬੱਚਾ ਅੱਜ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਜੰਦੋ ਜਦ ਕਰ ਨਹੀਂ ਪੈ ਰਹੀ ਹੈ ਬਿਲ ਜਿਹੜੇ ਕਾਨੂੰਨ ਨੂੰ ਰੱਦ ਕਰਵਾਉਂਦੇ ਪਰ ਮੋਦੀ ਸਰਕਾਰ ਦੇ ਹੱਲੇ ਵੀ ਲੱਗਦਾ ਵੀ ਉਹਦੇ ਸਿਰ ਤੇ ਜਿਹੜੀ જૂਨੀ ਸਰਕਾਰ ਦੀ ਉਹਦੀ ਇੰਨੀ ਲੋਕਾਂ ਨੇ ਮਜਬੂਰੀ ਬਣਾਤੀ ਉਹਨਾਂ ਨੂੰ ਸਪੈਸ਼ਲ ਜਲਾਸ ਸੱਦਣਾ ਪੈ ਗਿਆ ਪਰ ਬੀਜੇਪੀ ਸਰਕਾਰ ਦਾ ਵੀ ਕਹਿਣਾ ਆ ਵੀ ਇਹ ਜਿਹੜੇ ਮੋਦੀ ਦਾ ਪੁੱਲੇ ਫੁੱਗ ਗਏ ਇਹ ਕਾਂਗਰਸ ਦੀ ਸ਼ਤਾਨੀ ਹੈ ਬੈਠੇ ਆ ਪਰਚੇ ਚ ਕਰ ਲੋ ਲਾਟੀ ਚਾਰਜ ਕਰਜੋ ਪਾਣੀ ਦੀਆਂ ਬਿਛਾਰਾ ਮਾਰ ਲਓ ਗੋਲੀਆਂ ਚਲਾ ਲਓ ਇਹ ਲੋਕ ਆਪਣੇ ਭੂਿਕ ਨੂੰ ਬਚਾਉਣ ਵਾਸਤੇ ਬੈਠੇ ਕਿਦਨ ਜਾਣਗੇ ਜਰੂਰੀ ਤਰਨ ਚੋਕ ਜੀ ਮਹਾਰਾਜ ਨੂੰ ਬੇਨਤੀ ਕਰਦੇ ਆ ਆਰਡੀਐਸ ਬਿੱਲਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਰੇਲ ਨੂੰ ਕੋ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਹੈ ਵੱਡੀ ਤਦਾਰ ਵਿੱਚ ਜਿੱਥੇ ਰੇਲਵੇ 트랙 ਜਾਮ ਕੀਤੇ ਜਾ ਰਹੇ ਨੇ ਉੱਥੇ ਵੱਡੀ ਤਦਾਰ ਵਿੱਚ ਕਿਸਾਨਾਂ ਵੱਲੋਂ ਅਤੇ ਮਾਤਾਵਾ ਪੈਨਾ ਵੱਲੋਂ ਵੀ ਜਿਹੜਾ ਵਾ ਰੇਲਵੇ 트랙 ਜਾਮ ਕੀਤਾ ਜਾ ਰਿਹਾ ਹੈ ਪਰ ਅੱਜ ਅਸੀਂ ਪਹੁੰਚੇ ਹਾਂ ਅਮਰਸਾ ਦੇ ਦੇਵੀ ਦਾਸਪੁਰੇ ਵਿੱਚ ਜਿੱਥੋਂ ਦੇ ਕੀ ਬੱਚਿਆਂ ਵੱਲੋਂ ਵੀ ਵੱਡੀ ਤਦਾਰ ਵਿੱਚ ਜਿਹੜਾ ਰੇਲਵੇ 트랙 ਜਾਮ ਕੀਤਾ ਜਾ ਰਿਹਾ ਹੈ ਖਾਣਾ ਬੱਚੇ ਨਾਲ ਦੀ ਗਲਬਾ ਕਰਦੇ ਬੱਚਿਆਂ ਨਾਲ ਬੇਟਾ ਕੀ ਮਜਬੂਰੀ ਪੈ ਗਈ ਅੱਜ ਇੱਥੇ ਤੁਹਾਨੂੰ ਹੀ ਆ ਕੇ ਰੇਲਵੇ 트랙 ਜਾਮ ਕਰਨਾ ਪਿਆ ਸਰ ਜੀ ਮੋਦੀ ਦੇ ਕਾੜੇ ਧਰ ਨੇ ਜਿਹੜੇ ਇਹਨਾਂ ਨੂੰ ਬਿੱਲ ਰੱਦ ਕਰਨੇ ਚਾਹੀਦੇ ਆ ਏ ਜੇ ਅਸੀਂ ਨਾ ਸੰਘਰਸ਼ ਕਰਾਂਗੇ ਜਿੰਨਾ ਸਾਡੇ ਕੋ ਹੋ ਸਕਿਆ ਇਹ ਸਾਡੇ ਬਜ਼ੁਰਗੋ ਜਿਹੜੇ ਆ ਕੇ ਰੇਲਾਂ ਬੈਲਾਂ ਬਜ਼ੁਰਗਾਂ ਨੇ ਜੋ ਕੀਤਾ ਹੁਣ ਨੌਜਵਾਨ ਆ ਕੇ ਪੀੜੀ ਇਥੋਂ ਬਹੁਗੇ ਰੇਲਾਂ ਦੇ ਬਿੱਲ ਰੱਦ ਕਰਨ ਲਈ ਕੀਤੇ ਜਾਂਦੇ ਕੀਤੇ ਜਾਂਦੇ ਬਸ ਦੇਖਿਆ ਵੀ ਬਹੁਤ ਵੱਡੀ ਤਦਾਦ ਵਿੱਚ ਤੁਹਾਡੇ ਜਿਹੜੇ ਪਰਿਵਾਰ ਦੇ ਜੇ ਤੁਹਾਡੇ ਪਿਤਾ ਜੀ ਨੇ ਜਾਂ ਮਾਤਾ ਜੀ ਨੇ ਜਾਂ ਹੋਰ ਜਿਹੜੀਆਂ ਪਰਿਵਾਰ ਦੇ ਮੈਂਬਰ ਜੀ ਵੀ ਵੱਡੀ ਤਦਾਦ ਵਿੱਚ ਜੀ ਧਰਨਿਆਂ ਦੇ ਬੈਠੇ ਸੀ ਪਰ ਅੱਜ ਦੇਖਿਆ ਵੀ ਬੱਚੇ ਵੀ ਜਿਹੜੇ ਵੱਡੀ ਤਦਾਦ ਵਿੱਚ ਆਏ ਨੇ ਬੱਚਿਆਂ ਨੂੰ ਕਿਉਂ ਆਜੋਣਾ ਪਿਆ ਹੈ ਬੱਚੇ ਜੀ ਜਿੰਨਾ ਚਿਰ ਸਾਡੇ ਮਾਪਿਓ ਇੱਥੇ ਰਹਿਣਗੇ ਅਸੀਂ ਵੀ ਉਹਨਾਂ ਚਿਰ ਰਵਾਂਗੇ ਅਸੀਂ ਜਿੰਨਾ ਜੋ ਸਾਡੇ ਮਾਪਿਓਸ਼ੀ ਦੀਆਂ ਕਰਨਗੇ ਅਸੀਂ ਵੀ ਉਹੋ ਕੋਸ਼ਿਸ਼ ਕਰਾਂਗੇ ਜੋ ਸਾਡੇ ਮਾਪਿਓ ਕਰਨਗੇ ਪਰ ਬਹੁਤੀ ਸਰਕਾਰ ਨੇ ਇਹ ਤੇ ਕਹਿ ਸਕਦਾ ਵੀ ਜਿਹੜੇ ਬਿੱਲ ਜਿਹੜੇ ਨੇ ਉਹ ਪਾਸ ਕਰ ਦਿੱਤੇ ਨੇ ਕਾਨੂੰਨ ਬਣਾ ਦਿੱਤਾ ਵਾ ਤੁਹਾਡੇ ਤੇ ਬਿੱਲ ਜਿਹੜੇ ਲਾਗੂ ਕਰ ਦਿੱਤੇ ਗਏ ਨੇ ਕਿਸਾਨਾਂ ਦੇ ਇਹਦੇ ਬਾਰੇ ਤੁਹਾਡਾ ਕਹਿਣਾ ਇਹ ਬਿੱਲ ਰੱਦ ਕਰਨੇ ਚਾਹੀਦੇ ਆ ਜੀ ਜਿੰਨਾ ਚ ਜਿੰਨਾ ਚ ਇਹ 34 ਦਿਨ ਹੋ ਗਏ ਦਰਨਾ ਲੱਗੇ ਨੇ ਤੇ ਬਿੱਲ ਰੱਦ ਕਰਨੇ ਚਾਹੀਦੇ ਆ ਜੀ ਪਰ ਜੇਕਰ ਮੋਦੀ ਸਰਕਾਰ ਨੇ ਬਿੱਲ ਨਾਰਦ ਕੀਤੇ ਕਿਉਂਕਿ ਮੋਦੀ ਸਰਕਾਰ ਦੇ ਕੰਮ ਤੇ ਜੂ ਨਹੀਂ ਸਰ ਕਰਨੀ ਫੇਰ ਤੁਹਾਡਾ ਕੀ ਰਣਨੀਤੀ ਅਗਲੀ ਕੀ ਹੋਊਗੀ ਇਹ ਫੇਰ ਤੇ ਜੀ ਲਮਾਚੈਰੀ ਸੰਘਰਸ਼ ਚ ਚੱਲੂਗਾ ਇਹ ਜੋ ਹੋਊਗਾ ਫੇਰ ਕਰ ਲਾਂਗੇ ਮੋਦੀ ਸਰਕਾਰ ਵੀ ਕਿਹਾ ਜਾਂਦਾ ਕਿ ਜਿਹੜੇ ਬਿੱਲ ਨੇ ਕਿਸਾਨਾਂ ਦੇ ਹੱਕ ਜੇ ਆ ਕਿਸਾਨਾਂ ਦੇ ਫਾਇਦੇਮੰਦ ਨੇ ਇਹਦੇ ਬਾਰੇ ਤੁਹਾਡਾ ਕਹਿਣਾ ਫਾਇਦੇਮੰਦ ਨਹੀਂ ਜੀ ਹੈਗੇ ਜੀ ਇਹ ਸਾਨੂੰ ਕਿਥੇ ਫਾਇਦੇਮੰਦ ਠੀਕ ਹੈ ਇਹ ਸੀ ਗੱਲਬਾਤ ਕੀਤੀ ਜਿਹੜੇ ਕਿ ਬੱਚੇ ਨੇ ਜਿਹੜੇ ਵੱਡੀ ਤਦਾਦ ਵਿੱਚ ਅੱਜ ਰੇਲਵੇ ਟਰੈਕ ਤੇ ਜਿਹੜੇ ਜੰਡਿਆਲਾ ਗੁਰੂ ਦੇ ਰੇਲਵੇ ਟਰੈਕ ਤੇ ਪਹੁੰਚੇ ਨੇ ਅਤੇ ਇਹਨਾਂ ਵੱਲੋਂ ਕਿਹਾ ਗਿਆ ਵੀ ਸਾਡੇ ਜਿਹੜੇ ਮਾਤਾ ਪਿਤਾ ਨੇ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਪਿਛਲੇ 40 ਦਿਨਾਂ ਤੋਂ ਜਿਹੜੇ ਰੇਲਵੇ ਟਰੈਕ ਦੇ ਜਾਮ ਕਰਕੇ ਬੈਠੇ ਨੇ ਤਰ੍ਹਾਂ ਲਗ ਪ੍ਰਦਰਸ਼ਨ ਕਰਕੇ ਉਹਨਾਂ ਵੱਲੋਂ ਕਿਹਾ ਗਿਆ ਵੀ ਅੱਜ ਬੱਚਿਆਂ ਵੱਲੋਂ ਵੀ ਜਿਹੜਾ ਇਹ ਵੱਡੀ ਤਦਾਦ ਵਿੱਚ ਇਹ ਰੇਲਵੇ ਟਰੈਕ ਜਾਮ ਕੀਤਾ ਗਿਆ ਤੇ ਮੋਦੀ ਸਰਕਾਰ ਨੂੰ ਕਿਹਾ ਗਿਆ ਵੀ ਜਦੋਂ ਤੱਕ ਸਾਡੇ ਜਿਹੜੇ ਤੋਂ ਬਿਲ ਕਾਨੂੰਨ ਜਿਹੜੇ ਲਾਏ ਸਾਡੇ ਤੇ ਉਹ ਬਿਲ ਕੈਂਸਲ ਨਹੀਂ ਕਰਦੇ ਜਾਂ ਬਿਲ ਰੈਂਡ ਨਹੀਂ ਕਰਦੇ ਉ ਤੋ ਹੁਣ ਗੱਲਬਾਤ ਕਰਨ ਨੂੰ ਤਿਆਰ ਨੇ ਸਾਡੇ ਨਾਲ ਤੁਹਾਡੇ ਬਜ਼ੁਰਗ ਜਿਹੜੇ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਤੁਸੀਂ ਦੇਖਿਆ ਆ ਵੀ ਵੱਡੀ ਤਰ੍ਹਾਂ ਵਿੱਚ ਅੱਜ ਬੱਚੇ ਵੀ ਆਏ ਨੇ ਘਰੋਂ ਕੀ ਕਹਿਣਾ ਚਾਹੁੰਦੇ ਹੋ ਆ ਵੇਖੋ ਜੀ ਕਿਸਾਨ ਮਿਹਨਤੂਰ ਸੰਘਰਸ਼ਮੀ ਪੰਜਾਬ ਜ਼ਿਲ੍ਹਾ ਮਰਸਦਾ ਪ੍ਰਧਾਨ ਲਖਿੰਦਰ ਸਿੰਘ ਰਾਮਨਗਰ ਮੈਂ ਬੋਲਦਾ ਸਭ ਤੋਂ ਪਹਿਲਾਂ ਤਾਂ ਪੰਜਾਬੀ ਲੋਕ ਚੈਨਲ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਕਿਉਂਕਿ ਅੱਜ ਬਹੁਤ ਸਾਰੇ ਲੋਕਾਂ ਦੀ ਜ਼ੁਬਾਨ ਤੇ ਗੱਲ ਆ ਗਈ ਹੈ ਕਿ ਮੀਡੀਆ ਵਿਕਾਊ ਆ ਤੁਸੀਂ ਐਡਾ ਵੱਡਾ ਪੂਰੀ ਦੁਨੀਆ ਦੇ ਵਿੱਚ ਖਬਰ ਪਹੁੰਚਾਉਣੀ ਆ ਉਹਦਾ ਸਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਇੱਥੇ ਰੇਲਵੇ ਟਰੈਕ ਤੇ ਬੈਠੇ ਆ ਜੀ ਇਹ ਲਗਾਤਾਰ 6 ਮਹੀਨੇ ਤੋਂ ਸੰਘਰਸ਼ ਚੱਲਣ ਡਿਆ ਵਾ ਤੇ 7 ਸਤੰਬਰ ਤੋਂ ਜੇਲ੍ਹ ਪਰੋਂ ਅੰਦੋਲਨ ਚਲਾਇਆ ਸੀ ਉਹਦੇ ਵਿੱਚ ਵੱਖ-ਵੱਖ ਰੂਪਾਂ ਦੇ ਸਰਕਾਰ ਭੱਜ ਗਈ ਜੇਲ੍ਹ 'ਚ ਸਾਨੂੰ ਨਹੀਂ ਖੜਿਆ ਤੇ ਆਪਣਾ ਜਿਹੜਾ ਵਾ 24 ਅਕਤੂਬਰ ਤੋਂ ਜਿਹੜਾ ਇੱਥੇ ਰੇਲ ਟ੍ਰੈਕ ਜਾਮ ਕਰਕੇ ਦੇਵੀ ਦਾਸਪੁਰੇ ਬੈਠੇ ਸਾਂ 33 ਦਿਨ ਉੱਥੇ ਬੈਠੇ ਰਹੇ ਉੱਤੇ ਮਜਬੂਰੀ ਬਣੀ ਕਿ ਟ੍ਰੇਲ ਦੇ ਵਿੱਚ ਜਿਹੜਾ ਵਾ ਉੱਤੇ ਕਰੰਟ ਜਿਹੜਾ ਹਾਈ ਪਾਵਰ ਇੱਥੇ ਜਿਹੜਾ ਕਰੰਟ ਨਿਕਲਦਾ ਤੇ ਉਹ ਕਰੰਟ ਤਾਂ ਟ੍ਰੇਲ ਦੇ ਨਾਲ ਚਾਨੀਆਂ ਚ ਆਉਂਦਾ ਸੀ ਤੇ ਦੂਸਰਾ ਠੰਡ ਵੱਧ ਗਈ ਤੀਸਰਾ ਵਾ ਕਿ ਕੱਲ ਨੂੰ ਜੇ ਬਾਰਿਸ਼ ਹੋ ਗਈ ਤੇ ਉੱਥੇ ਕੋਈ ਇਹੋ ਜਿਹਾ ਬਹਿਣ ਦਾ ਜਿਹੜਾ ਪ੍ਰਬੰਧ ਨਹੀਂ ਸੀ ਹੋ ਗਿਆ ਸਾਰਾ ਕੁਝ ਨੂੰ ਵੇਖ ਕੇ ਤੇ ਆਪਣਾ 33 ਦਿਨਾਂ ਬਾਅਦ ਸ਼ਿਫਟ ਕਰਕੇ ਜੰਡੇਆਲਾ ਗੁਰੂ ਰੇਲਵੇ ਸਟੇਸ਼ਨ ਤੇ ਕੱਲ ਦੇ ਆ ਕੇ ਬੈਠੇ ਆ ਲਗਾਤਾਰ ਸੰਘਰਸ਼ ਜਾਰੀ ਰਹੂਗਾ ਕਿਉਂਕਿ ਜਿਹੜੇ ਕਾਲੇ ਕਾਨੂੰਨ ਨੇ ਸਰਕਾਰ ਵੱਲੋਂ ਕਾਨੂੰਨ ਹੁੰਦੇ ਨੇ ਉਹ ਆਪਣਾ ਨੂੰ ਬਹੁਤ ਵਧੀਆ ਦੱਸਦੇ ਪਏ ਨੇ ਪਰੰਤੂ ਲੋਕਾਂ ਦੇ ਮਾਪਕ ਨਹੀਂ ਆ ਸਾਰੀਆਂ ਮੱਦਾਂ ਹੀ ਕਿਸਾਨਾਂ ਮਜ਼ਦੂਰਾਂ ਨੂੰ ਤਬਾਹ ਕਰਨ ਵਾਲੀਆਂ ਆਪਾਂ ਇਹਨਾਂ ਨੂੰ ਕਹੀਏ ਵੀ ਇਹ ਕਾਨੂੰਨ ਹਾਕਤਕ ਨਾ ਹੋ ਕਰਕੇ ਮੌਤ ਦੇ ਵਾਰੰਟਾਂ ਤੇ ਦਸਕਤ ਨੇ ਇਸ ਕਰਕੇ ਪੰਜਾਬ ਦਾ ਬੱਚਾ ਬੱਚਾ ਅੱਜ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਮੈਂ ਦੱਸਿਆ 6 ਮਹੀਨਿਆਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 3 ਜੂਨ ਨੂੰ ਇਹ ਆਰਡੀਨੈਂਸ ਆਏ ਸਨ 5 ਨੂੰ ਇਹਨਾਂ ਤੇ ਦਸਕਤ ਕਰਾ ਦਿੱਤੇ ਗਏ ਤੇ 8 ਜੂਨ ਨੂੰ ਅਸੀਂ ਜਿਹੜਾ ਵਾ ਪਹਿਲਾਂ ਤਾਂ 4 ਜੂਨ ਨੂੰ ਨਵਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵਾ ਇਹਦਾ ਵਿਰੋਧ ਕੀਤਾ ਸੀ ਪੁਤਲੇ ਫੂਕੇ ਤੇ 4 ਜੂਨ ਨੂੰ ਜਿਹੜਾ ਵਾ ਬੇਬਾ ਹਰਸਿਮਰ ਕੌਰ ਬਾਦਲ ਨੇ ਇਹਦੀ ਬੜੀ ਤਾਰੀਫ ਕੀਤੀ ਸੀ ਤੇ ਉਹਦੇ ਵੀ ਨਾਲ ਪੁਤਲੇ ਅਸੀਂ ਫੂਕਣੇ ਸ਼ੁਰੂ ਕੀਤੇ 8 ਜੂਨ ਨੂੰ ਜਿਹੜਾ ਵਾ ਡੀਸੀ ਦਫ਼ਤਰਾਂ ਦੇ ਪੂਰੇ ਪੰਜਾਬ ਭਰ ਦੇ ਦਫ਼ਤਰਾਂ ਦੇ ਘਰਾਓ ਕਰਕੇ ਮੰਗ ਪੱਤਰ ਦਿੱਤੇ ਗਏ ਵੀ ਇਹਨਾਂ ਆਡੀ ਨਸਾਂ ਨੂੰ ਵਾਪਸ ਲੈ ਲਓ ਇਹ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਘਾਤਕ ਨੇ ਮੌਤ ਦੇ ਵਾਰੰਟ ਨੇ ਇਹਦੇ ਨਾਲ ਸਿਰਫ ਕਿਸਾਨ ਹੀ ਨਹੀਂ ਮਰੂਗਾ ਉਹਦਾ ਖੇਤ ਮਜ਼ਦੂਰੀ ਮਰੂਗਾ ਆਰਤੀ ਮਰ ਵੀ ਵਰਗ ਵੀ ਮਰੂਗਾ ਪੱਲੇਦਾਰ ਵਰ ਮਰੂਗਾ ਰੇੜੀ ਫੜੀ ਦੁਕਾਨਦਾਰ ਬਲਕੇ ਸਮੁੱਚਾ ਪੰਜਾਬ ਖੁਦਕਸ਼ੀਆਂ ਵੱਲ ਵਧੂ ਤੇ ਪੁਖ ਮਰੀ ਨਾਲ ਜਿਹੜਾ ਵਾ ਮਰੂਗਾ ਤੇ ਉਹਦਾ ਲਗਾਤਾਰ 21 ਜੁਲਾਈ ਨੂੰ ਜਿਹੜਾ ਵਾ ਆਪਣੇ ਜਿਹੜੇ 13 ਐਮਪੀ ਲੈਗੇ ਨੇ ਉਹਨਾਂ ਦੇ ਘਰਾਂ ਦੇ ਘਰਾਓ ਕਿਤੇ ਕਿ ਉਹਨਾਂ ਨੂੰ ਬੇਨਤੀ ਕੀਤੀ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਕਿਸਾਨਾਂ ਦੀ ਗੱਲ ਰੱਖੋ ਤਿਆਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਤੇ ਤੁਸੀਂ ਜਾ ਕੇ ਗੱਲ ਰੱਖੋਗੇ ਪੰਜਾਬ ਦੇ ਲੋਕਾਂ ਵਾਸਤੇ ਇਹ ਚੰਗੇ ਨਹੀਂ ਆ ਇਹਨਾਂ ਨੂੰ ਵਾਪਸ ਲਿਆ ਜਾਵੇ ਗੱਲ ਕਰੀਏ ਕਿ ਆਗੂ ਸਾਹਿਬ ਜੀ ਇਹਨੇ ਚੇਤੋਂ ਜਿਹੜਾ ਸੰਗਠਨ ਕਰਦੇ ਆ ਪਰ ਇਹਨਾਂ ਤੁਹਾਨੂੰ ਜ ਜਦੋਂ ਜਦ ਕਰਨੀ ਪੈ ਰਹੀ ਹੈ ਬਿਲ ਜਿਹੜੇ ਕਾਨੂੰਨ ਨੂੰ ਰੱਦ ਕਰਾਉਂਦੇ ਪਰ ਮੋਦੀ ਸਰਕਾਰ ਦੇ ਹੱਲੇ ਵੀ ਲੱਗਦਾ ਵੀ ਉਹਦੇ ਸਿਰ ਤੇ ਜਿਹੜੀ જૂਨੀ ਸਰਕਾਰ ਦੀ ਉਹਦਾ ਕਿਹਾ ਵੀ ਜਿਹੜਾ ਬਿਲ ਲਾਗੂ ਜਾਊਗਾ ਆ ਵੇਖੋ ਜੀ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਦੱਸਣਾ ਚਾਹੁੰਦਾ ਵਾਂ ਕਿ ਪਹਿਲਾਂ ਇਹਦਾ ਕਿਸੇ ਨੂੰ ਪਤਾ ਨਹੀਂ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਇਹ ਸ਼ੁਰੂ ਕੀਤਾ ਅੱਜ ਜਦੋਂ ਆ ਕਰਕੇ ਸੱਤ ਸਤੰਬਰ ਤੋਂ ਜੇਲ੍ਹ ਪਰ ਅੰਦੋਲਨ ਚੱਲਿਆ ਚਾ ਵੀ 24 ਅਕਤੂਬਰ ਤੋਂ ਜਿਹੜਾ ਵਾ ਰੇਲਾਂ ਦੇ ਉੱਤੇ ਬੈਠੇ ਨੇ ਤੇ ਕੱਲੇ ਕੱਲੇ ਬੱਚੇ ਤੱਕ ਕੱਲੇ ਕੱਲੇ ਪਰਿਵਾਰ ਦੇ ਹਰ ਘਰ ਦੇ ਵਿੱਚ ਇਹ ਗੱਲ ਪਹੁੰਚੀ ਆ ਨੇਰੇ ਘਰ ਘਰ ਦੇ ਵਿੱਚ ਗੱਲ ਨਹੀਂ ਪਹੁੰਚੀ ਲੋਕਾਂ ਦੇ ਵੱਡੇ ਇਕੱਠਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਮਜਬੂਰ ਕਰ ਦਿੱਤਾ ਜਿਹੜੀ ਕੇਂਦਰ ਦੇ ਵਿੱਚ ਭਾਜਪਾ ਦੀ ਭਾਈਵਾਲ ਮੋਦੀ ਸਾਹਿਬ ਦੀ ਭਾਈਵਾਲ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਮਜਬੂਰ ਹੋਣਾ ਪੈ ਗਿਆ ਉਹ ਆਪਣਾ ਮੰਤਰੀ ਮੰਡਲ ਛੱਡ ਕੇ ਆਉਣਾ ਪੈ ਗਿਆ ਉਹਨਾਂ ਨੂੰ ਮਜਬੂਰੀ ਵਸ ਪਾਰਟੀ ਛੱਡਣੀ ਪੈ ਗਈ ਤੇ ਜਿਹੜੀ ਪੰਜਾਬ ਦੀ ਸਰਕਾਰ ਆ ਕੈਪਟਨ ਸਾਹਿਬ ਦੀ ਸਰਕਾਰ ਉਹਦੀ ਇੰਨੀ ਲੋਕਾਂ ਨੇ ਮਜਬੂਰੀ ਬਣਾਤੀ ਉਹਨਾਂ ਨੂੰ ਸਪੈਸ਼ਲ ਜਲਾਸ ਸਦਣਾ ਪੈ ਗਿਆ ਭਾਵੇਂ ਉਹ ਜਿਹੜੇ ਕਾਨੂੰਨ ਕਾਇਦੇਨ ਸੋਧ ਕੀਤੀ ਆ ਉਹ ਲੰਗੜਾ ਵਾ ਲੋਕਾਂ ਦੇ ਭਲੇ ਵਾਲੇ ਨਹੀਂ ਆ ਕਿਤੇ ਨਾ ਕਿਤੇ ਉਹ ਵੀ ਬੇਈਮਾਨੀ ਆ ਲੋਕਾਂ ਨੇ ਆਪਣੇ ਪੰਜਾਬ ਦੇ ਕਿਸਾਨਾਂ ਨਾਲ ਮੋਦੀ ਸਾਹਿਬ ਨਾਲ ਭਾਈਵਾਲੀ ਆ ਪਰ ਲੋਕਾਂ ਦੇ ਦਬਾਅ ਦੇ ਵਿੱਚ ਉਹਨਾਂ ਨੂੰ ਜਲਾਸ ਸਦਣਾ ਪੈ ਗਿਆ ਦਬਣਾ ਪੈ ਗਿਆ ਇੱਥੋਂ ਤੱਕ ਹੋ ਗਿਆ ਵੀ ਉਹਨਾਂ ਨੂੰ ਰੈਲੀਆਂ ਕਰਨ ਵਾਸਤੇ ਮਜਬੂਰ ਹੋਣਾ ਪੈ ਗਿਆ ਜਦੋਂ ਰੈਲੀਆਂ ਦਾ ਵਿਰੋਧ ਕੀਤਾ ਕਿਸਾਨਾਂ ਮਜ਼ਦੂਰਾਂ ਨੇ ਤੇ ਇੰਨਾ ਜ਼ਿਆਦਾ ਦਬਾਅ ਦੇ ਵਿੱਚ ਉਹਨਾਂ ਨੂੰ ਆਪਣੇ ਮੂੰਹੋਂ ਬਿਆਨ ਦੇਣੇ ਪਏ ਕਿ ਅਸੀਂ ਆਪਣਾ ਕੋਈ ਲੋਗੋ ਲੈ ਕੇ ਨਹੀਂ ਆਉਂਦੇ ਤੁਸੀਂ ਆਪਣੇ ਧਰਣਿਆਂ ਦੇ ਸਾਨੂੰ ਕਾਮ ਜਨਤਾ ਵਾਂਗੂ ਬਿਠਾ ਈ ਲੋ ਤੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤੇ ਬਾਕੀ ਜਿੰਨੀਆਂ ਵੀ 23 31 33 ਜਥੇਬੰਦੀਆਂ ਲੰਡੀਆਂ ਉਹਨਾਂ ਵੱਲੋਂ ਸੀ ਵੀ ਕਿਸੇ ਨੂੰ ਵੀ ਰਾਜਨੀਤਿਕ ਪਾਰਟੀ ਨੂੰ ਆਪਣੀ ਸਟੇਜ ਤੋਂ ਨਹੀਂ ਬੁਲਾਇਆ ਜਾਊਗਾ ਇੱਥੋਂ ਤੱਕ ਵੀ ਕਿ ਉਹ ਸਾਡਿਆਂ ਧਰਨੇਆਂ ਵਿੱਚ ਵੀ ਨਾ ਹੋਣ ਕਿਉਂਕਿ ਲੋਕਾਂ ਦੇ ਵਿੱਚ ਰੋਸ ਇੰਨਾ ਜ਼ਿਆਦਾ ਵਾ ਗੁੱਸਾ ਇੰਨਾ ਜ਼ਿਆਦਾ ਵਾ ਕਿ ਉਹ ਲੋਕ ਤੁਹਾਡੇ ਗੱਲ ਪਹਿਣਗੇ ਤੇ ਫਿਰ ਮੁਸ਼ਕਲ ਹੋ ਗਈ ਕਿਉਂਕਿ ਤੁਹਾਡੀ ਵਜ੍ਹਾ ਦੇ ਨਾਲ ਹੀ ਆਰਡੀਨੈਂਸ ਕਾਨੂੰਨ 'ਚ ਬਦਲੀ ਹੋਏ ਨੇ ਉਹਦੇ ਵਿੱਚ ਬਰਾਬਰ ਦੀ ਭਾਈਵਾਰ ਸ਼੍ਰੋਮਣੀ ਅਕਾਲੀ ਦਲ ਵੀ ਆ ਚਾਹੇ ਹੋਂ ਲੱਤ ਮਾਰ ਕੇ ਆਏ ਕੁਝ ਵੀ ਹੋਇਆ ਮਾ ਤੇ ਦੂਸਰਾ ਬਰਾਬਰ ਦੇ ਭਾਈਵਾਲ ਕੈਪਟਨ ਦੀ ਸਰਕਾਰ ਆ ਇਹ ਜਿਹੜਾ ਵਾ ਏਪੀਐਮਸੀ ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਆ ਉਹਦੇ ਵਿੱਚ 2005 ਦੇ ਵਿੱਚ 2013 ਦੇ ਵਿੱਚ 2017 ਦੇ ਵਿੱਚ ਇਹਨਾਂ ਜਿਹੜੀਆਂ ਸੋਧਾਂ ਕੀਤੀਆਂ ਉਹ ਇਹ ਸੋਧਾਂ ਕਹਿੰਦੇ ਅਸੀਂ ਵਿਗਾੜ ਕਹਿੰਦੇ ਆ ਉਹ ਇਹਦੇ ਵਿੱਚ ਕੁਝ ਵੀ ਕਾਨੂੰਨਾ ਵਿੱਚ ਨਹੀਂ ਪਾਇਆ ਗਿਆ ਇਹ ਖੁੱਲ੍ਹ ਦਿੱਤੀ ਗਈ ਆ ਵਪਾਰੀ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਲੁੱਟਣ ਵਾਸਤੇ ਹੁਣ ਬਹੁਤ ਸਾਰੇ ਕਿਸਾਨਾਂ ਨੇ ਜਿਹੜੇ ਆ ਪੈਟਰੋਲ ਪੰਪ ਰੋਕੇ ਨੇ ਟੋਲ ਪਲਾਜ਼ੇ ਰੋਕੇ ਉਹਨੇ ਜਿੰਨੇ ਵੀ ਕਾਰਪੋਰ ਕਰਾਣਿਆਂ ਦਾ ਅਸੀਂ ਬਾਈਕਾਟ ਕੀਤਾ ਉਹਨਾਂ ਦੇ ਪ੍ਰੋਡਕਟਾਂ ਦਾ ਬਾਈਕਾਟ ਕੀਤਾ ਜੀ ਉਹਦੀਆਂ ਸਿਮਾ ਸਾੜੀਆਂ ਜਿਉਂ ਉਹਦੇ ਸੈੱਟ ਸਾੜੇ ਹਾਂਜੀ ਤੇ ਵੇਖੋ ਕਿ ਕਿਸਾਨ ਟੋਲ ਪਲਾਜ਼ਿਆਂ ਤੇ ਬੈਠੇ ਉਹਨਾਂ ਨੂੰ ਪਤਾ ਲੱਗਾ ਕਿ ਯੂਪੀ ਦੇ ਵਿੱਚੋਂ ਝੋਨਾ ਖਰੀਦ ਕੇ ਇਹਨਾਂ ਦੇ ਨਵੇਂ ਕਾਨੂੰਨ ਲਾਗੂ ਹੋਣ ਕਰਕੇ ਉਹ ਜਿਹੜਾ ਉਥੋਂ 700 800 ਰੁਪਏ ਨੂੰ ਮਾੜਾ ਝੋਨਾ ਖਰੀਦ ਕੇ ਲਿਆ ਕੇ ਤੇ ਪੰਜਾਬ ਦੇ ਵਿੱਚ ਐਪੀਐਮਸੀ ਦੇ ਤਹਿਤ ਐਮਐਸਪੀ ਦੇ ਤਹਿਤ ਜਿਹੜਾ ਵਾ 1888 ਰੁਪਏ ਚੋਨੇ ਦਾ ਭਾਅ ਵਾ ਉੱਥੇ 8900 ਰੁਪਏ ਨੂੰ ਲੈ ਕੇ ਇੱਥੇ ਲੁੱਟ ਜਿਹੜੀ ਕਰ ਰਹੀ ਉਹ ਕੋਈ ਕਿਸਾਨ ਨਹੀਂ ਜਿਵੇਂ ਸੈਂਟਰ ਦੀ ਸਰਕਾਰ ਕਹਿੰਦੀ ਮੈਂ ਭਲਾ ਕਰਨ ਦੇ ਆ ਕਿਸਾਨ ਨੂੰ ਖੁੱਲੀ ਮੰਡੀ ਦੇ ਦਿੱਤੀ ਜਿੱਥੇ ਮਰਜੀ ਲੈ ਜਾਵੇ ਉਹਨੋਂ ਉੱਥੋਂ ਦਾ ਕਿਸਾਨ ਝੋਨਾ ਲੈ ਕੇ ਨਹੀਂ ਪੰਜਾਬ ਚ ਆਉਂਦਿਆ ਕਿਸਾਨਾਂ ਦੀ ਲੁੱਟ ਕਰਕੇ ਵਪਾਰੀ ਜਿਹੜਾ ਵਾ ਉਹ ਝੋਨਾ ਲੈ ਕੇ ਆਉਂਦਿਆ ਤੇ ਜਦੋਂ ਉਹਨਾਂ ਨੂੰ ਸਾਡੇ ਕਿਸਾਨ ਫੜਦੇ ਨੇ ਤੇ ਸਾਡੀ ਪੁਲਿਸ ਸਾਡਾ ਪ੍ਰਸ਼ਾਸਨ ਸਾਡੀ ਸਰਕਾਰ ਉਹ ਕਹਿੰਦੇ ਕਿਹੜੇ ਕਾਨੂੰਨ ਦੇ ਤਹਿਤ ਇਹਨਾਂ ਤੇ ਪਰਚਾ ਕਰੀਏ ਕਿਉਂਕਿ ਕਾਨੂੰਨ ਹੀ ਏ ਤਰੀਕੇ ਦੇ ਬਣਾਤੇ ਸੋ ਲੁੱਟ ਵਾਸਤੇ ਵਪਾਰੀ ਦੀ ਜਿੰਦ ਜਿਹੜੀ ਆ ਵਪਾਰੀ ਨੂੰ ਖੁੱਲ੍ਹ ਦਿੱਤੀ ਆ ਲੁੱਟਣ ਦੀ ਤੇ ਕਿਸਾਨ ਲੁੱਟੇ ਜਾ ਰਹੇ ਨੇ ਉਹਦੇ ਵਾਸਤੇ ਜਿਹੜਾ ਸੰਘਰਸ਼ ਆ ਲਗਾਤਾਰ ਚੱਲਦਾ ਰਹੂਗਾ ਜਿੰਨਾ ਚਿਰ ਮੋਦੀ ਆਪਣੀ ਇਸ ਜਿਹੜੀ ਆ ਹੈਂਕਰ ਵਾਜ ਤੋਂ ਪਛਾਣ ਨਹੀਂ ਹੁੰਦਾ ਰੱਦ ਨਹੀਂ ਕਰਦਾ ਲਗਾਤਾਰ ਜਿਹੜਾ ਉਹ ਇਹ ਸੰਘਰਸ਼ ਚਾਰੀ ਜਾਣਗੇ ਗੱਲ ਕਰੀ ਦੁਸ਼ਹਿਰੇ ਦੀ ਉਹਨੇ ਦੁਸ਼ਹਿਰੇ ਨਾਲ ਕਿਹਾ ਵਾ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਰਾਵਣ ਦਾ ਜਿਹੜਾ ਪੁਤਲਾ ਫੁਕਿਆ ਜਾਂਦਾ ਪਰ ਐ ਇੱਕ ਹੀ ਸਾਲ ਵੱਖਰਾ ਵੇਖਣ ਨੂੰ ਮਿਲਿਆ ਕਿ ਮੋਦੀ ਦਾ ਜਿਹੜਾ ਪੁਤਲਾ ਫੁਕਿਆ ਗਿਆ ਵਾ ਪਰ ਬੀਜੇਪੀ ਸਰਕਾਰ ਦਾ ਵੀ ਕਹਿਣਾ ਵਾ ਵੀ ਇਹ ਜਿਹੜੇ ਮੋਦੀ ਦਾ ਪੁਤਲਾ ਫੁਕ ਗਿਆ ਇਹ ਕਾਂਗਰਸ ਦੀ ਸ਼ਤਾਨੀ ਹੈ ਕੀ ਕਹਿਣਾ ਤੁਹਾਡਾ ਆ ਵੇਖੋ ਜੀ ਸਰਦਾਰ ਸਾਹਿਬ ਇਹ ਬਹੁਤ ਹੀ ਹਾਸੋਹੀਣੀਆਂ ਗੱਲਾਂ ਵਾਂ ਪੇ ਬਾਰ ਬਾਰ ਕਹਿੰਦੇ ਨੇ ਸੈਂਟਰ ਦੀ ਸਰਕਾਰ ਕਹਿੰਦੀ ਆ ਵੀ ਇਹਨਾਂ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਨਹੀਂ ਸਮਝਾਇਆ ਗਿਆ ਕਿਸਾਨ ਅੱਜ ਇਹਨਾਂ ਦੇ ਮੰਤਰੀ ਮੰਡਲ ਨਾਲੋਂ ਜ਼ਿਆਦਾ ਪੜੇ ਲਿਖੇ ਨੇ ਸਾਰੇ ਜਿਹੜਿਆ ਕਾਨੂੰਨ ਦਾ ਇੱਕ ਇੱਕ ਅੱਖਰ ਜਾਣਦੇ ਨੇ ਤੇ ਜਿਹੜੇ ਜਦੋਂ ਇਹ ਆ ਕਰਦੇ ਨੇ ਆਪਣਾ ਸੰਘਰਸ਼ ਕਰਦੇ ਨੇ ਕਦੀ ਸਾਨੂੰ ਵਿਚੋਲੀਏ ਦੱਸਦੇ ਨੇ ਕਦੀ ਕਾਂਗਰਸ ਦੇ ਪਿੱਠੂ ਦੱਸਦੇ ਨੇ ਕਦੀ ਕਾਂਗਰਸ ਦੇ ਸਕਾਏ ਦੱਸਦੇ ਨੇ ਕਦੀ ਜਿਹੜਾ ਵਾ ਇਹ ਸਾਰਾ ਕੁਝ ਜਿਹੜਾ ਵਾ ਇਹਨਾਂ ਦੀ ਬਖਲਾੜ ਦੇ ਵਿੱਚੋਂ ਆਉਂਦਿਆ ਜਿੱਥੇ ਰਹੀ ਗੱਲ ਦਸਹਰੇ ਦੀ ਲੋਕ ਪੰਜਾਬ ਦਾ ਕੱਲਾ ਕੱਲਾ ਬੱਚਾ ਜਾਣਦਾ ਵਾ ਤੇ ਉਹ ਲੋਕ ਜਿਹੜੇ ਅੱਜ 라ਵਣ ਨੂੰ ਪੁੱਲ ਗਏ ਰਾਵਣ ਨੂੰ ਪੁੱਲ ਕੇ ਸਭ ਤੋਂ ਵੱਡਾ ਬਦੀ ਜਿਹੜਾ ਵਾ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਬਹੁਤ ਵੱਡੇ ਸਤਕਾਰਯੋਗ ਉਹਦੇ ਤੇ ਬੈਠਾ ਵਾ ਉਹਨੂੰ ਮੰਨਦਿਆਂ ਹੋਇਆਂ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਪਿੰਡ ਪਿੰਡ ਜਿਹੜਿਆ ਉਹ ਮੋਦੀ ਸਾਹਿਬ ਦੇ ਪੁਤਲੇ ਫੂਕੇ ਗਏ ਆ ਮਤਰਨ ਚੋਗ ਜੀ ਮਹਾਰਾਜ ਜਿਹੜੇ ਕਹਿੰਦੇ ਨੇ ਕਿ ਇਹਨਾਂ ਤੇ ਪਰਚੇ ਹੋਣੇ ਚਾਹੀਦੇ ਆ ਪਰਚੇ ਹੋਣਾ ਕੋਈ ਹੱਲ ਨਹੀਂ ਆ ਬੈਠੇ ਆ ਪਰਚੇ ਚਾ ਕਰ ਲੋ लाठी चार्ज ਕਰ ਜੋ ਪਾਣੀ ਦੀਆਂ ਬਿਛਾਰਾ ਮਾਰ ਲੋ ਗੋਲੀਆਂ ਚਲਾ ਲੋ ਇਹ ਲੋਕ ਆਪਣੇ ਪਵਿੱਖ ਨੂੰ ਬਚਾਉਣ ਵਾਸਤੇ ਬੈਠੇ ਕਿਦੋਂ ਜਾਣਗੇ ਜਰੂਰੀ ਤਰਨ ਚੁਗਜੀ ਮਹਾਰਾਜ ਨੂੰ ਬੇਨਤੀ ਕਰਦੇ ਆ ਕਿ ਇਹੋ ਗੱਲਾਂ ਤੁਸੀਂ ਪੰਜਾਬ ਦੇ ਵਾਸੀ ਜੇ ਤੁਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਤੁਸੀਂ ਖੇਤੀ ਨੂੰ ਰੋਜ਼ ਨੇੜੇੋਂ ਵੇਖਦੇ ਜੇ ਤੁਹਾਡੇ ਯਾਰ ਦੋਸਤ ਉਹਨਾਂ ਕੇ ਤੁਸੀਂ ਲੋਕਾਂ ਦੇ ਘਰਾਂ ਚ ਜਾਂਦੇ ਖੇਤੀ ਨੂੰ ਵੇਖਦੇ ਕਿਦਾਂ ਖੇਤੀ ਹੁੰਦੀ ਆ ਮੋਦੀ ਸਾਹਿਬ ਨੂੰ ਪਤਾ ਨਹੀਂ ਕਣਕ ਦਾ ਬੂਟਾ ਕਿੱਦਾਂ ਵੱਡਾ ਹੁੰਦਾ ਕਿਨੂੰ ਕਣ ਕਿਹੜੇ ਰੁੱਖ ਨੂੰ ਲੱਗਦੀ ਕਿਨੂੰ ਝੋਨਾ ਲੱਗਦਾ ਚੌਲ ਲੱਗਦਾ ਉਹਨੂੰ ਸਮਝਾਉਣ ਦੀ ਲੋੜ ਆ ਤੇ ਕਿਉਂ ਨਾ ਬਤਾਈ ਮੋਦੀ ਸਾਹਿਬ ਦੇ ਪੁੱਤਰੇ ਫੂਕਣ ਦੀ ਉਹਨਾਂ ਕਾਰਨਾਂ ਨੂੰ ਜਾਣਨ ਦੀ ਲੋੜ ਆ ਉਹਨਾਂ ਨੂੰ ਸਮਝਾਉਣਾ ਕਿ ਅੱਜ ਵੀ ਆਪਣੀ ਅੜੀ ਨੂੰ ਛੱਡ ਕੇ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਲੋਕਾਂ ਦਾ ਜਸ ਕਟਣ ਜਿਹੜੇ ਇਹਨਾਂ ਦੇ ਪਤਲੇ ਫੂਕਦੇ ਆ ਇਹਨਾਂ ਦਾ ਉਹ ਜਸ ਕਟਣ ਲੱਗ ਜਣ ਗੱਲ ਕਰੀਏ ਮੋਦੀ ਸਰਕਾਰ ਦੀ ਤੁਸੀਂ ਜਾਂ ਵੀ ਕਿਸਾਨ ਦਾ ਪੁੱਤਰ ਹੈ ਕਿਉਂਕਿ ਕਿਸਾਨ ਨੂੰ ਜ਼ਿਆਦਾ ਪਤਾ ਹੁੰਦਾ ਆਪਣੀ ਫਸਲ ਦਾ ਕਿ ਕੀ ਫਾਇਦਾ ਕੀ ਘਾਟਾ ਵਾ ਕਿਉਂਕਿ ਮੋਦੀ ਸਰਕਾਰ ਜਿਹੜਾ ਕਹਿੰਦੇ ਮੋਦੀ ਤੋਂ ਪਹਿਲਾਂ ਚਾਹ ਵੇਚਦਾ ਰਿਹਾ ਉਹਨੂੰ ਚੀਜ਼ ਦਾ ਨੌਲੇਜ ਨਹੀਂ ਆ ਕਿ ਲੱਗਦਾ ਵੀ ਮੋਦੀ ਨੇ ਦੇ ਬਾਰੇ ਜ਼ਿਆਦਾ ਹੈਗੀ ਆ ਵੀ ਉਹ ਗੱਲ ਕਰੀ ਕਿਸਾਨੀ ਦੀ ਕਿਸਾਨੀ ਬਹੁਤਾ ਪਤਾ ਵੀ ਕੀ ਚੀਜ਼ ਦਾ ਫਾਇਦਾ ਕੀ ਚੀਜ਼ ਦਾ ਘਾਟਾ ਵਾ ਆ ਵੇਖੋ ਜੀ ਜਿੱਥੋਂ ਦਾ ਸਵਾਲ ਆ ਕਿ ਮੋਦੀ ਸਾਹਿਬ ਆਂਦੇ ਸੁਣਿਆ ਜਾਂ ਸਾਨੂੰ ਨਹੀਂ ਪਤਾ ਵੇਚਦੇ ਨਹੀਂ ਵੇਚਦੇ ਜੇ ਚਾਹ ਵੇਚਦੇ ਹੁੰਦੇ ਤੇ ਫਿਰ ਸ਼ਾਇਦ ਇਹੋ ਜੀਆਂ ਗੱਲਾਂ ਨਾ ਕਰਦੇ ਜੇ ਵੇਚਦੇ ਵੀ ਤੇ ਜੇ ਐਡਾ ਵੱਡਾ ਸਤਕਾਰ ਯੋਗ ਉਹਦਾ ਲੋਕਾਂ ਨੇ ਦਿੱਤਾ ਆਪਣੇ ਭਾਰਤ ਵਾਸੀਆਂ ਨੇ ਤੇ ਉਹਦੀ ਜਿਹੜੀ ਆ ਉਹਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਬਹੁਤ ਛੋਟੇ ਤੇ ਘਟਿਆ ਬਿਆਨ ਜਿਹੜੇ ਦੇਨੇ ਆ ਉਹਦੇ ਉਹਦੇ ਨਾਲ ਇਨਸਾਫ ਨਹੀਂ ਆ ਉਹਦੇ ਜਿਹੜਾ ਵਾ ਲੈਵਲ ਦਾ ਨਹੀਂ ਆ ਇਹੋ ਜਿਹੇ ਬਿਆਨ ਦੇਨੇ ਤੇ ਉਹਨਾਂ ਨੂੰ ਲੋਕਾਂ ਦੀ ਪਲਾਈ ਦੇਸ਼ ਦਾ ਰਾਜਾ ਹੁੰਦਾ ਪ੍ਰਧਾਨ ਮੰਤਰੀ ਤੇ ਜੇ ਦੇਸ਼ ਦੀ ਜਨਤਾ ਦੇਸ਼ ਦੀ ਜਿਹੜੀ ਆ ਪਰਜਾ ਹੀ ਰਾਜੇ ਦੀ ਦੁਖੀ ਆ ਤੇ ਉਸ ਰਾਜੇ ਦਾ ਕੀ ਫਾਇਦਾ ਵਾ ਲੋਕਾਂ ਦੀ ਆਵਾਜ਼ ਉਹਨੂੰ ਸੁਣਨੀ ਚਾਹੀਦੀ ਆ ਤੇ ਜਿਹੜਾ ਲੋਕ ਉਹਦੇ ਬਰ ਖਿਲਾਫ ਉਹਨਾਂ ਦੇ ਪੁੱਤਰੇ ਫੂਕੰਡੇ ਨੇ ਥਾਂ ਥਾਂ ਤੇ ਉਹਨਾਂ ਦੀਆਂ ਫੋਟੋਆਂ ਲਾ ਕੇ ਗਾਲਾਂ ਦੇ ਵਿੱਚ ਛੇਤਰਾਂ ਦੇ ਹਾਰ ਪਾਏ ਨੇ ਚੰਗਾ ਨਹੀਂ ਲੱਗਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਵਿੱਚ ਖਬਰਾਂ ਜਾਂਦੀਆਂ ਕਿੰਨੀਆਂ ਲਾਂਹਤਾਂ ਪੈਂਦੀਆਂ ਕਿੰਨਾ ਉਹ ਥੂ ਥੂ ਕਰਦੇ ਨੇ ਕਿ ਭਾਰਤ ਵਰਸ਼ ਦਾ ਪ੍ਰਧਾਨ ਮੰਤਰੀ ਇਹ ਜਿਹਦੇ ਗਾਲਾਂ ਦੇ ਵਿੱਚ ਲੋਕ ਹਾਰ ਪਾਉਂਦੇ ਨੇ ਬੱਚੇ ਬੱਚੇ ਉਹਨਾਂ ਦੇ ਪੁੱਤਰੇ ਫੂਕੰਡੇ ਨੇ ਤੇ ਇਹਨਾਂ ਸਾਰੀਆਂ ਗੱਲਾਂ ਤੋਂ ਪਛਾਅ ਮੋੜਨਾ ਚਾਹੀਦਾ ਉਹਦੇ ਕਾਨੂੰਨ ਨੂੰ ਜਾਨਾ ਚਾਹੀਦਾ ਵੀ ਕਿਉਂ ਲੋਕਾਂ ਨੂੰ ਮਜਬੂਰ ਹੋ ਕੇ ਇਹੋ ਜਿਹਾ ਕਰਨਾ ਪਿਆ ਇਹਨਾਂ ਤੋਂ ਪਛਾਹ ਮੁੜ ਕੇ ਲੋਕਾਂ ਦੇ ਭਲੇ ਦੀ ਗੱਲ ਕਰਨ ਇਹਨਾਂ ਕਾਲਿਆਂ ਕਾਨੂੰਨਾਂ ਨੂੰ ਵਾਪਸ ਲੈਣ ਜਿਹੜੇ ਸਾਰੇ ਪ੍ਰਾਈਵੇਟੇਸ਼ਨ ਕਰਨ ਜਾ ਰਿਹਾ ਉਹਨਾਂ ਤੋਂ ਪਛਾਹ ਮੁੜੇ ਜਿੰਨੇ ਸਰਕਾਰੀ ਅਦਾਰੇ ਵੇਚੀ ਜਾਂਦੇ ਆ ਭਾਈ ਉਹਨਾਂ ਤੋਂ ਪਛਾਹ ਮੁਰਨਾ ਚਾਹੀਦਾ ਅਸੀਂ ਤੇ ਕਹਿੰਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਅੱਬਿਆ ਪੁੱਛੋ ਸਵਾਲ ਕਰੋ ਪੀ ਰੇਲਵੇ ਨੂੰ ਤਿਆਰ ਕਰਨ ਦੇ ਵਿੱਚ ਤੇਰਾ ਕੀ ਯੋਗਦਾਨ ਸੀ ਤੂੰ ਚਾਹ ਵਿੱਚ ਤਾਰ ਰੇਲੇ ਬਣ ਗਈ ਕੀ ਤੁਸੀਂ ਜਿਹੜਾ ਵਾ ਤੁਹਾਡੀ ਪਾਰਟੀ ਨੇ ਰੇਲੇ ਨੂੰ ਤਿਆਰ ਕਰਨ ਚ ਕੋਈ ਤੁਹਾਡਾ ਯੋਗਦਾਨ ਹੈਗਾ ਜੇ ਤੁਹਾਡਾ ਇਹਨੂੰ ਬਣਾਉਣ ਦੇ ਵਿੱਚ ਕੋਈ ਯੋਗਦਾਨ ਨਹੀਂ ਤੇ ਵੇਚਣ ਦਾ ਕੀ ਕਿ ਕਿਉਂ ਤੁਹਾਨੂੰ ਕਿਉਂ ਜ਼ਰੂਰਤ ਪੈ ਗਈ ਤੇ ਕੀ ਹੱਕ ਸੀ ਕਿਹਨੇ ਹੱਕ ਦਿੱਤਾ ਤੁਹਾਨੂੰ ਹੁਣ ਭਾਰਤ ਪਟ્રોલیاں ਵੇਚ ਦਿੱਤਾ ਆ ਜੈਟ ਏਅਰ ਲਾਈਨਸ ਵੇਚ ਦਿੱਤੀ ਐਲ ਆਈ ਸੀ ਵੇਚ ਦਿੱਤੀ ਬੀ ਐਸ ਐਨ ਵੇਚ ਦਿੱਤਾ ਖਣਜਾਂ ਵੇਚ ਦਿੱਤੀਆਂ ਪਾਰ ਜਿੱਥੋਂ ਸੋਰਾ ਚਾਂਦੀ ਜਿੱਥੋਂ ਨਿਕਲਦੇ ਨੇ ਉਹ ਵੇਚ ਹੀ ਜਾਂਦੇ ਆ ਸਾਰਾ ਕੁਛ ਤੇ ਵੇਚ ਹੀ ਜਾਂਦੇ ਆ ਬਿਜਲੀ ਦਾ ਜਿਹੜਾ ਉਹ ਮੰਡੀ ਵੇਚ ਹੀ ਜਾਂਦੇ ਆ ਵਾ ਬਿਜਲੀ ਪ੍ਰਾਈਵੇਟ ਕਰਨ ਜਾ ਰਿਆ ਕੀ ਇਹਨੂੰ ਕਿੰਨੇ ਹੱਕ ਦਿੱਤਾ ਵਾ ਇਹ ਵੀ ਉਹਨਾਂ ਨੂੰ ਪੁੱਛਣੇ ਸਵਾਲ ਬਣਦੇ ਨੇ ਅੱਜ ਵੀ ਇੱਕ ਦੇ ਵਿਚਾਰ ਕਰੇ ਕਿਸੇ ਚੰਗੇ ਬੰਦੇ ਕੋਲ ਬੁੱਧੀਜੀਵੀ ਕੋਲ ਬੋਵੇ ਤੇ ਲੋਕਾਂ ਦੇ ਜਸ ਦੇ ਖੱਟਣ ਦੀ ਗੱਲ ਕਰੇ ਇਹਨਾਂ ਤੋਂ ਪਛਾ ਮੁੜੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਸੀ ਸਾਡੇ ਨਾਲ ਕਿਸਾਨਾਂ ਗੂ ਨਾਲ ਜਿਹੜੇ ਕੀ ਇਹ ਲੱਗਦਾ ਬਿਹਤਰ ਮੈਂ ਤੁਹਾਨੂੰ ਜਿਹੜੇ ਦੇਵੇ ਟਰੈਕ 3 ਦਾ ਤਣਾ ਦੇ ਰਹੇ ਨੇ ਉੱਥੇ ਵੱਡੀ ਤਦਦਦ ਵਿੱਚ ਅੱਜ ਬੱਚਿਆਂ ਨੇ ਵੀ ਆ ਕੇ ਜਿਹੜਾ ਇਸੇ ਅਹਿਮ ਰੋਲ ਲਭਾਇਆ ਉਹ ਤੇ ਬੱਚਿਆਂ ਨੇ ਕਿਹਾ ਵੀ ਅਸੀਂ ਆਪਣਾ ਹੱਕ ਜਿਹੜਾ ਲੈ ਕੇ ਆਵਾਂਗੇ ਅਤੇ ਮੋਦੀ ਸਰਕਾਰ ਨੇ ਜਿਹੜੇ ਸਾਡੇ ਜਿਹੜੇ ਕਾਲੇ ਕਾਨੂੰਨ ਲਗਾਏ ਨੇ ਉਹਨਾਂ ਨੂੰ ਹੀ ਰੱਦ ਕਰਾ ਕੇ ਆਵਾਂਗੇ ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ